आग लग गई है। आग लग गई है, भजो पानी भरो पानी। आया वेख ला हराम दे दा काम, आए हुण सिगटा त लग गया जी। गल सुन मेरी, पहले गल तो कड्डी है, मेरी केड़ी ज्यादती है बिलो तो सलमी सिगरेटा पींदिया पईया। वेखो चौधरी साहब, सट्टा पानी हराम दे दा काम, आए हुण सिगटा त लग गया जी। हां हाय वे अपा, हुण तां अपा जिंदे मर चलिए, क्योंकि ओ तां नशे त लग गया। ओ मेरा पोतरा गिरी ना टोटे, ए सारियां सराती पीते तू मेरी दी, मैनू दसिया तू आ सूर लग गया नशे ते, तां मैं मना कर लवा। ते अपा मैनू करा विखा के छिकदा, जिस मैं सौ मर जानी ओ सरदा लेंदा है। ओ जिस ओ सिगटा पींदा तैनू दुवें दी बहु मेरा पोतर नहीं आंदी आई। मेरा पोत्रो इवें निक्किया निक्किया चीजा तू लोकी डकेट बनने ना जवे की ना, ओ खाली सिगरट पी सी, कल चरस वाली पी सी, वड्डल पाउडर पी सी, ओ ते घर दी चीजा भी बेच सी। ए गल मेरा प्यो तो समझावनी, मैं तो उन्हें नहीं ना समझा सकनी है, क्योंकि प्यो तू है। आज ओनु घरे आवण दे, ओनु मैं आई समझाई सजो सारी जिंदगी ओ याद रख सी। हां हां अब्बा, जे तू आज ओदे ते कावड़ कर सी ते ओ डर जा सी, जे तू आज ओनु खुला छाड़ दे सी ते कल नु तो वड्डा नशेई बन जा सी। ए चंगा तमाशा, मैं चार दे निगे ने रखी तो नशेई बन गया। भाई मैं तो कुछ आख नहीं सकनी है, राती भी दा दा वजह तिकर तो ग्यारह ग्यारह वजह तिकर वो बाहर रहंदा, मोड़ो घरे आंदा, मैं की करा। बाहर खोते है अरे आज 900 राती से गुड़ी मीटिंग मसरूफ हो। साडी मीटिंग नु तू छड़ दे, मेनू तू उदास किदा गया वे। मैं ए गट्टू दी मां नु अस्पताल च लै गया से, ओंदी अखी दा मसला बणया खल। हुण तेरी अखी दा भी मसला अब्बा बना लेंदा। ओ किवें पूछ ला। ਹੁਣ ਮੇਰੀ ਗੱਲ ਸੁਣ। ਉਹ ਰਾਵੀ ਨਾ ਪੋਤਰ। ਹਾਂਜੀ ਅੱਬਾ। ਅਸੀਂ ਸਾਹ ਲਾ ਇਹ ਪੀਂਦਾ ਆ ਬੋ ਆਉਂਦੀ ਪਈ ਆ ਪੀਂਦਾ ਹੀ। ਓਏ ਅੱਬਾ ਮੈਂ ਕੀ ਪੀਨਾ? ਆਏ ਕੀ ਏ ਆ ਅੰਦਰੂ ਮੈਂ ਟੋਟੇ ਚੁੱਗੇ ਨੀ ਅੰਦਰੂ, ਜਿਹੜੀਆਂ ਸਿਗਟਾਂ ਤਾਂ ਲੱਗ ਗਿਆ। ਉਹ ਪੁੱਤਰ ਤੈਨੂੰ ਕਿਹੜੀ ਸ਼ਾਦੀ ਕਮੀ ਹੈ, ਤੂੰ ਘਿਓ ਖਾ ਫਰੂਟ ਖਾ, ਸਿਗਟਾਂ ਕਿਉਂ ਪੀਨਾ ਹੈ? ਓਏ ਅੱਬਾ ਨਾਲ ਇਮਾਨ ਦੇ, ਮੈਂ ਸਿਗਟਾਂ ਕੋਈ ਨਹੀਂ ਪੀਂਦਾ। ਜੇ ਅਗਰ ਤੈਨੂੰ ਨਹੀਂ ਨਾ ਯਕੀਨ ਮੇਰੇ ਤੇ, ਤੇ ਤੂੰ ਮੇਰੇ ਮੂੰਹ ਦਾ ਟੈਸਟ ਕਰਾ ਲਾ, ਮੋੜ ਤੈਨੂੰ ਯਕੀਨ ਆ ਜਾ ਸੀ। ਮੇਰਾ ਪੁੱਤਰ ਮੈਂ ਹੁਣ ਤੂੰ ਮੇਰੇ ਜੇਡਾ, ਜੇ ਮੈਂ ਲਾ ਤਾ ਤੈਨੂੰ ਠੋਕਾਂ ਤੇ ਸ਼ਰੀਕਾਂ ਸਾਰੇ ਆਖਣਾ ਜਵਾਨ ਪੁੱਤਰ ਨੂੰ ਮਾਰੀ ਜਾਂਦਾ, ਤਾਂ ਤੂੰ ਆ ਲਾਨਾ ਤੇ ਛੱਡ ਕਿਉਂ ਨਹੀਂ ਦਿੰਦਾ? ਮੈਨੂੰ ਤਾੜਿਓ, ਮੈਨੂੰ ਤਾੜਿਓ ਅੱਬਾ, ਤੈਨੂੰ ਮਾਖੀ ਜਾਂਦਾ ਵੇ, ਮੁਕਾਲਾ ਕੋਈ ਨਹੀਂ ਕੀਤਾ। ਜੇ ਅਗਰ ਮੈਂ ਸਿਗਟਾ ਪੀਂਦਾ ਹੁੰਦਾ ਨਾ, ਤੇ ਤੈਨੂੰ ਵੀ ਪਤਾ ਲੱਗ ਜਾਵੇ ਕਿ ਮੇਰਾ ਪੁੱਤਰ ਸਿਗਟਾ ਪੀਂਦਾ। ਬੂਤਨਾ ਮੁਕਰਨ ਦੀ ਲੋੜ ਕੋਈ ਨਹੀਂ ਹੈ, ਜੇ ਤੂੰ ਸਿਗਟਾ ਪੀਵਣ ਵਾਲੀ ਆਦਤ ਕਰਨਾ ਹੈ ਤੇ ਆਰਾਮ ਨਾਲ ਅੱਬੇ ਨੂੰ ਦੱਸ ਜਾ, ਜੇ ਤੂੰ ਪਕੜੀ ਚ ਗਿਆ ਤੇ ਤੇਰਾ ਬੁਰਾ ਅੰਜਾਮ ਹੋ ਸਹੀ। ਲੱਖ ਲਾਨਾ ਤੇ, ਉਹ ਜਦੋਂ ਮੈਂ ਸਿਗਟਾ ਪੀਂਦਾ ਹੀ ਕੋਈ ਨਹੀਂ ਤੇ ਮੈਂ ਕਿਵੇਂ ਮੰਨ ਜਾਵਾਂ? ਤੂੰ ਵੀ ਕਸਮਾਂ ਚਾਈ ਜਾਣਾ ਹੈ ਭਈ ਮੈਂ ਸਿਗਟਾ ਕੋਈ ਨਹੀਂ ਛਿਕਣਾ, ਤੇ ਮੋੜਾ ਐਸਾ ਪੁਰਾਣਾ ਵੀ ਤਾਂ ਆਪਣੇ ਘਰੇ ਕੋਈ ਨਹੀਂ ਆਇਆ ਜਿਹੜਾ ਰਾਤ ਚ ਇਤਨੀਆਂ ਸਿਗਟਾਂ ਛਿਕਦਾ ਹੋਵੇ। ਵੀ ਲੋ ਸਮਝ ਚ ਕੰਮ ਬਾਹਰ ਹੋਇਆ ਖਲਾ। ਹਾਂ ਅੱਬਾ ਜੀ, ਹੋ ਸਕਦਾ ਬਾਲ ਖੇਡਦੇ ਵਦੇ ਹੋਣੀ ਨਾ ਟੁੰਡਾ ਜਿਹਾ ਨਾਲ, ਉਹ ਆਪਣੇ ਅੰਦਰ ਵੜੇ ਹੁੰਦੇ ਥਾਂ ਸੱਟ ਕੇ ਘਰ ਵੱਜ ਗਏ ਹੋਵੇ। ਕੋ ਬਿੱਲੋ ਆਪਣੇ ਘਰ ਬਾਲ ਆਏ ਨੇ? ਅੱਬਾ ਬਾਲ ਤਾਂ ਹੁੰਦੇ ਜਾਂਦੇ ਨੇ, ਪਰ ਮੈਂ ਵੇਖਿਆ ਚਾਖਿਆ ਕੋਈ ਨਹੀਂ ਹੈ, ਹੋ ਸਕਦਾ ਉਸੇ। ਹਾਂ ਹਾਂ ਅੱਬਾ, ਮੈਂ ਤਾਂ ਤੂੰ ਨਾ ਸ਼ਾਕਰ ਯਾਰ, ਮੈਂ ਨਹੀਂ ਪੀਂਦਾ ਨਹੀਂ ਪੀਂਦਾ। ਇਹ ਆਖਰੀ ਵਾਰੀ ਮੇਰੀ ਹੈ, ਜੇ ਹੁਣ ਮੈਂ ਟੋਟਾ ਅੰਦਰੂ ਵੇਖ ਲਿਆ ਨਾ, ਇਹਦੀ ਮੈਂ ਚੰਬੜੀ ਉੱਤੇ ਏੜ ਛੱਡਸਾਂ। ਓਏ ਅੱਬਾ ਤੂੰ ਮੇਰੀ ਚੰਬੜੀ ਐਵੇਂ ਦਰੋੜ ਦੇਸੈਂ? ਹਾਂ ਜੀ, ਮੈਂ ਸਿਗਰਟ ਕਿਦਾਂ ਪੀਂਦਾ ਪਿਆਉ ਨਾ, ਮੋੜ ਤੈਨੂੰ ਇਜਾਜ਼ਤ ਹੈ ਜਿਤਨਾ ਦੇਰ ਲਈ ਮੈਨੂੰ ਛੇਲ ਲਾਂ। ਤੂੰ ਇਜਾਜ਼ਤ ਮੈਨੂੰ ਨਾ ਵੀ ਦੇਵੀ ਨਾ, ਤਾਂ ਵੀ ਮੈਂ ਤੈਨੂੰ ਛੇਲ ਲੈਸਾਂ। ਚਲੋ ਅੱਬਾ ਛੱਡ ਪਰਾਂ, ਜਦੋਂ ਆਦਾ ਜੋ ਪਿਆ ਵੀ ਮੈਂ ਸਿਗਟਾ ਕੋਈ ਨਹੀਂ ਛਿਕਣਾ, ਇਹਨਾਂ ਗੁੱਲਾਂ ਨੂੰ ਸੱਟ ਚ ਜੇ ਇਸ ਤੱਕ ਆਪਣੇ ਘਰੋਂ ਹੋਰ ਨਿਕਲਿਆ ਨਾ, ਤਾਂ ਮੋੜਾ ਪੈਦਾਂ ਨਾਲ ਗੱਲ ਕਰ ਲਈ ਸਾਂ। ਹੁਣ ਮੈਨੂੰ ਚਾਹ ਗਰਮ ਕਰ ਦੇ, ਮੈਂ ਚੁੱਲ੍ਹੇ ਤੇ ਜਾਣਾ, ਆ ਜਾ ਮੇਰਾ ਪੁੱਤ। ਅੱਬਾ ਅੱਗ ਤੇ ਤਰੇ ਪਈਏ।
ਬੂਥਨਾ ਸਾਹਿਬ ਸਬਜ਼ੀ ਲਿਆ ਕੇ ਦੇ ਇੱਥੇ ਦੇ ਲਾਂਦਾ ਪਿਆ ਹਾਂ ਤੇ ਸਬਜ਼ੀ ਕਿਹੜੀ ਲਾਇਆ ਵਾ ਆਲੂ ਬਤਾਉਂ ਆਲੂ ਬਤਾਉਂ ਚਲੋ ਠੀਕ ਹੈ ਮੈਂ ਲਾਇਆ ਮੈਂ ਗੰਡੇ ਵੀ ਲਈਆਂ ਨੇ ਲਈ ਹਮ ਸਾ ਤੇ ਫਿੜਕਣ ਜਾਂ ਨੂੰ ਘਰੇ ਖਲਾ ਚਾਉਣ ਉਹ ਮੈਂ ਗਲਾ ਦਿੰਨ ਬੜੀ ਗੱਲ ਆ ਬਾਈ ਓਹੋ ਓਆ ਤੇਰੀ ਮਾਂ ਦਾ ਡਰਾਪ ਤੇ ਮੇਰੀ ਜੇਬ ਵਿੱਚ ਰਹਿ ਗਿਆ ਕੀ ਆਲਾ ਜੋ ਮੈਂ ਦੇ ਦੋ ਫਿਰ ਮੈਂ ਲਈ ਜਾਣਾ ਘਰ ਚਲੋ ਆਪਾਂ ਸਬਜ਼ੀ ਲੈਣ ਜਾਂਦੇ ਪੈਣ ਉਹਦਾ ਪਕੜਾ ਛੜ ਸਾ ਤੂੰ ਮੈਨੂੰ ਇੱਕ ਤੇ ਦੱਸ ਇਹਦੀ ਮਾਂ ਦਾ ਡਰਾਪ ਤੂੰ ਜੇਬ ਵਿੱਚ ਗੱਤੀ ਬਣਾ ਕੀ ਗਲੇ ਦਾ ਪਿਓ ਮਰੇ ਹੋਇਆ ਤੇ ਤੂੰ ਇਹਦਾ ਪਿਓ ਲੱਗਣਾ ਐ ਫੁੱਠੀ ਬਕਵਾਸ ਨਾ ਕਰ ਜਿਉਂ ਦੀ ਮਾਂ ਮੈਨੂੰ ਆ ਕੀ ਛੱਡਿਆ ਪੁੱਤਰ ਮੇਰੇ ਨਾਲ ਹਸਪਤਾਲ ਤੱਕ ਲਗਾ ਚਾਲ ਤੇ ਮਾਂ ਲਗਾ ਗਿਆ ਤਾਂ ਕੋਈ ਜੁਰਮ ਹੋ ਗਿਆ ਅੱਜ ਮੋਂ ਦਾ ਕੰਮ ਆ ਗਿਆ ਕੱਲ ਕੋ ਮੇਰੇ ਕੰਮ ਆ ਜਾਸੀ ਹੁਣ ਤਕਰੀਰ ਨਾ ਕਰ ਲਗਾ ਜਾ ਤੇਰਾ ਹਟਣ ਕਰੀ ਤੇਰੀਆਂ ਵਿੰਗਾਰਾਂ ਹੀ ਨਹੀਂ ਮੁੱਕਦੀਆਂ ਹਨ ਅੱਛਾ ਜਾਨ ਬੈਠੇ ਹੋਰਾ ਹੈ ਮੈਂ ਸ਼ੋਕੀ ਆ ਕਿਦੇ ਗਿਆ ਕਿਸ ਟਾਈਮ ਦੀ ਮੈਂ ਤੇਰੀ ਇੰਤਜ਼ਾਰ ਕਰਦੀ ਪਈ ਆ ਉਹ ਮੈਂ ਕੰਮ ਦਾ ਪਤਾ ਕਰਨ ਗਿਆ ਉਹਨਾਂ ਆ ਕਿ ਠੀਕ ਹੈ ਸਾਡੇ ਨਾਲ ਵੱਜ ਚਾ ਲਾਹੌਰ 35000 ਰੁਪਏ ਮਹੀਨੇ ਦੀ ਤਨਖਾਹ ਹੈ ਰੋਟੀ ਪਾਣੀ ਆਪ ਦਾ ਚਲੋ ਠੀਕ ਹੈ ਤੂੰ ਲਾਹੌਰ ਵਗ ਜਾ ਮੈਂ ਤੇਰੇ ਨਾਲ ਇੱਕ مشورہ ਕਰੂੰ ਅਗਰ ਤੂੰ ਨਾਰਾਜ਼ ਨਾ ਹੋਵੇਂ ਖੈਰ ਤਾਂ مشورہ ਮੈਂ ਤਾਂ ਇਹ ਆਖੂਆਂ ਆਪਾਂ ਬੈਂਕ ਚ ਕਰਜ਼ਾ ਕਢਾ ਲੈਨੇ ਆ ਤੂੰ ਲਾਹੌਰ ਜਾ ਕੇ ਕਮਾਈ ਕਰੀ ਤੇ ਮੈਂ ਇੱਕ ਪਰਚੂਨ ਦੀ ਦੁਕਾਨ ਬਣਾ ਲੈਨੀ ਆ ਘਿਓ ਆਟਾ ਚੀਨੀ ਪੱਤੀ ਲੂਣ ਮਿਰਚ ਤੇ ਸਿਗਰਟਾਂ ਸਿਗਰਟਾਂ ਦੇ ਵਿੱਚ ਤੈਨੂੰ ਪਤਾ ਕਿੰਨੀ ਪ੍ਰਾਫਟ ਹੈ ਹਰ ਸ਼ਾਇਦ ਤੇ ਬਣਾ ਕੇ ਬਹਿ ਜਾਨੀ ਆ ਪਿੰਡ ਚ ਪਰਾਂ ਨੇ ਇੱਥੇ ਦੁਕਾਨ ਵੀ ਕੋਈ ਨਹੀਂ ਬੜੀ ਵਿਕਰੀ ਹੋ ਸੀਗੀ ਗੱਲ ਤਾਂ ਤੇਰੀ ਠੀਕ ਹੈ ਪਰ ਜਿਹੜਾ ਆਪਣਾ ਚੱਕ ਕੇ ਇਹਦੇ ਚ ਸਾਰੇ ਉਠਿੰਦੇ ਲੱਗੇ ਉਸ ਨੂੰ ਉਧਾਰਾ ਕਰੇ ਮੋੜ ਉਧਾਰੇ ਦੇਂਦੀ ਰਵੀ ਤੇ ਆਪਾਂ ਨੂੰ ਹਟਾ ਕੇ ਕਿਸੇ ਇੱਕ ਰੁਪਈਆ ਹੀ ਕੋਈ ਦੇਣਾ ਲੈ ਆਖੇ ਉਹਨਾਂ ਨੇ ਪੈਸੇ ਕੋਈ ਨਹੀਂ ਦੇਣੇ ਐਵੇਂ ਉਹਨਾਂ ਨੇ ਪੈਸੇ ਨਹੀਂ ਦੇਣੇ ਮੈਂ ਵੀ ਤਾਂ ਪੈਸੇ ਭਰ ਕੇ ਤੇ ਇੱਥੇ ਦੁਕਾਨ ਬਣਾਉਣੀ ਹੈ ਮੈਂ ਉਹਨਾਂ ਨੂੰ ਆਖਾਂ ਕਿ ਤੁਹਾਡੇ ਕੋਲ ਪੈਸੇ ਨਹੀਂ ਨਾ ਹੈਗੇ ਕਣਕ ਦਸੀ ਸਨੇ ਤੁਸੀਂ ਕਣਕ ਲਾਇਆ ਤੇ ਮੈਂ ਤੁਹਾਨੂੰ ਸਮਾਨ ਚਾਹ ਕੇ ਦਿੱਤੀ ਰੱਖਾਂ ਚਲੋ ਠੀਕ ਹੈ ਪਰ ਮੋੜ ਵੀ ਆਏ ਆਪਣੀ ਨਾਲ ਨਾਲ ਬਿਆਦਰੀ ਬੈਠੀ ਉਹਨਾਂ ਆਖਣਾ ਭਾਈਨਾਂ ਦੀ ਪੂਰੀ ਨਹੀਂ ਪਉਂਦੀ ਤਾਂ ਪਰ ਉਹ ਆਪਦੀ ਸਵਾਨੀ ਨੂੰ ਕਿਰਿਆਨੇ ਵਾਲੀ ਦੁਕਾਨ ਬਣਾ ਕੇ ਦਿੱਤੀ ਐ ਸੋ ਅੱਛਾ ਹੁਣ ਤੂੰ ਬਿਰਾਦਰੀ ਦਾ ਚਲਦਾ ਆਇਆ ਤੇ ਮੈਨੂੰ ਦੁਕਾਨ ਨਹੀਂ ਬਣਾ ਕੇ ਦਿੰਦਾ ਬਿਰਾਦਰੀ ਤੈਨੂੰ ਕੋਈ ਖਾਣ ਨੂੰ ਨਹੀਂ ਦਿੰਦੀ ਯਾਰੀ ਚੋਰੀ ਚ ਮਹਿਣਾ ਹੁੰਦਾ ਮਿਹਨਤ ਮਜ਼ਦੂਰੀ ਚ ਕੋਈ ਮਹਿਣਾ ਨਹੀਂ ਹੁੰਦਾ ਚਲੋ ਠੀਕ ਹੈ ਦੁਕਾਨ ਮੁੜ ਤੂੰ ਆਣੀ ਹੈ ਨਾ ਤਾਂ ਆਪਾਂ ਬਣਾ ਲਸਾਂ ਮੈਂ ਜਾਂਦਾ ਲਾਹੌਰ ਉੱਤੇ ਮੈਨੂੰ ਮਹੀਨਾ ਕੰਮ ਤੇ ਲਾਵਾਂ ਦੇ ਉਦੋਂ ਮੈਂ ਤੈਨੂੰ 20 ਜਾਂ 25000 ਰੁਪਏ ਗਲਤ ਥੋੜਾ ਥੋੜਾ ਸੌਦਾ ਲਾ ਕੇ ਨਾ ਰੱਖ ਲਵੀਂ ਦੁਕਾਨ ਹਾਂ ਚਲੋ ਠੀਕ ਹੈ ਜਿਵੇਂ ਤੂੰ ਆਖਦਾ ਪਵੇਂ ਕਰ ਲੈਨੀ ਆ ਮੈਂ ਦਾਗ ਡੰਡੇ ਲੈ ਲੈਸਾਂ ਸਿਗਰਟਾਂ ਦੇ ਕੋਈ 2-3 ਧੜੀ ਚੀਨੀ ਦੀ ਲੈ ਲੈਸਾਂ ਕੋਈ ਆਟਾ ਲੈ ਲੈਸਾਂ ਛੋਟੀ ਦੁਕਾਨ ਜਿਹੜੀ ਬਣਾ ਲੈਨੀ ਆ ਮੋੜ ਜਿਵੇਂ ਜਿਵੇਂ ਪੈਸੇ ਗੱਲੇ ਵੱਡੀ ਦੁਕਾਨ ਬਣਾ ਲੈਸਾਂ ਚਲੋ ਠੀਕ ਹੈ ਇਵੇਂ ਲੱਗੀ ਜਾ ਭੂਤਨਾ ਕੇ ਘਰੇ ਉਦੋਂ ਮੈਂ ਸਕੂਟਰ ਤਾਂ ਪੋਛ ਦੇ ਮੈਂ ਗਿਆ ਤਾਂ ਐਵੇਂ ਉਹ ਅਗੂ ਮੈਨੂੰ ਵੱਡੇ ਨਾ ਹੋ ਜਾਸੇ ਉਹ ਤਾਂ ਮੈਨੂੰ ਅੱਗੇ ਹੀ ਪਤਾ ਸ਼ੋਕੀ ਤੇਰੀ ਨਾ ਚੱਕ ਚ ਕਿਸੇ ਨਾਲ ਨਹੀਂ ਬਣੀ ਹੋਈ ਮੇਰੀ ਬੜੀ ਬਣੀ ਹੋਈ ਹੈ ਬਿੱਲੋ ਨਾਲ ਬਿੱਲੋ ਦੇ ਘਰੇ ਜਾਸਾ ਉਹਨੂੰ ਆਖਸਾ ਮੇਰੀ ਭੈਣ ਘੰਟੇ ਵਾਸਤੇ ਸਕੂਟਰ ਦੇ ਚਵੇ ਕਿਉਂ ਨਾ ਆਖਣਾ ਲੈ ਕੇ ਵਗ ਜਾ ਚਲੋ ਠੀਕ ਹੈ ਪੋਛੇ ਤਾਂ ਮੱਟੀ ਚ ਬਿਆ ਟੁੱਕਰ ਪਿਆ ਕੋ ਨਹੀਂ ਅੱਗੇ ਦੇ ਹਾਲ ਬਿਆ ਟੁੱਕਰ ਕੋਈ ਨਹੀਂ ਪਿਆ ਧੰਮੀ ਮੈਂ ਚਾਵਲ ਉਬਾਲੇ ਨੂੰ ਉਹ ਥੋੜੇ ਜੇ ਪੈਨ ਖਾ ਲਵੀਂ ਤੇ ਮੈਂ ਸਕੂਟਰ ਲੈ ਕੇ ਆਂਦੀ ਪਈ ਆ ਚਲੋ ਤੂੰ ਕਿਵੇਂ ਲਾਇਆ ਕਿ ਉਸੇ ਮੈਂ ਆਪ ਲਾਇਆ ਉਸੇ ਸਿਰਫ ਪੁੱਛ ਕੇ ਆ ਜਾਵੇਂ ਅਬੂ ਜੀ ਹਾਂਜੀ ਮੈਨੂੰ ਹੋ ਗਿਆ ਨੇ ਸਕੂਲੋਂ ਛੁੱਟੀਆਂ ਤੋਂ ਮੈਨੂੰ ਅੱਛੇ ਜੇ ਟਿਊਸ਼ਨ ਲਗਵਾ ਦਿਓ ਹਾਂ ਹਾਂ ਬੇਟਾ ਤੇਰੀ ਬੜੀ ਅੱਛੀ ਸੋਚ ਹੈ ਤੂੰ ਘਰ ਬੈਠੀ ਫਾਰਗ ਹੈ ਤੈਨੂੰ ਅਕੈਡਮੀ ਮੈਂ ਦਾਖਲਾ ਲੈ ਦੇਣਾ ਉੱਥੇ ਜਾ ਕੇ ਆਪਣੀ ਤਿਆਰੀ ਕਰ ਘਰ ਬੈਠਿਆ ਤਿਆਰੀ ਤੇਰੀ ਨਹੀਂ ਹੋਣੀ ਤੈਨੂੰ ਪਤਾ ਜਿਹੜੇ ਤੇਰੇ ਪੇਪਰ ਹਨ ਨਾ ਇਹ ਮੈਟ੍ਰਿਕ ਦੇ ਬੜੇ ਮੁਸ਼ਕਲ ਪੇਪਰ ਹਨ ਤੇ ਸਰਕਾਰੀ ਪੇਪਰ ਨੇ ਅੱਬੂ ਜੀ ਤੁਸੀਂ ਸਹੀ ਗੱਲ ਕਰ ਰਹੇ ਹੋ ਬੋਰਡ ਦੇ ਪੇਪਰ ਬਹੁਤ ਹਾਰਡ ਹੁੰਦੇ ਨੇ ਇਸ ਲਈ ਮੇਰੀ ਅੱਛੀ ਟਿਊਸ਼ਨ ਰਖਵਾ ਦਿਓ ਕਿਤੇ ਹਾਂ ਠੀਕ ਹੈ ਬੇਟਾ ਮੇਰਾ ਕਜ਼ਨ ਜ਼ਫਰ ਦੇ ਬੱਚੇ ਜਾ ਰਹੇ ਨੇ ਅਕੈਡਮੀ ਮੈਂ ਉਹਨੂੰ ਗੱਲ ਕਰਨਾ ਉੱਥੇ ਤੇਰਾ ਦਾਖਲਾ ਦਵਾ ਦੇਣਾ ਉਹਨਾਂ ਦੇ ਨਾਲ ਜਾ ਕੇ ਤੂੰ ਵੀ ਪੜਿਆ ਅੱਬੂ ਜੀ ਤੁਸੀਂ ਰਹਿਣ ਦਿਓ ਮੈਂ ਕਿਸੇ ਨੇ ਨਹੀਂ ਜਾਂਦੀ ਤੁਸੀਂ ਮੈਨੂੰ ਆਪ ਹੀ ਛੱਡ ਕੇ ਆਣਾ ਤਾਂ ਆਪ ਹੀ ਲੈ ਕੇ ਆਣਾ ਓਏ ਹੋਏ ਮੇਰਾ ਬੇਟਾ ਤੂੰ ਕਿਹੋ ਜੀਆਂ ਗੱਲਾਂ ਕਰਨੀਆਂ ਨੇ ਆਦੀਆਂ ਤੇਰੀਆਂ ਕਜ਼ਨਾਂ ਐਂ ਰਿਸ਼ਤੇਦਾਰ ਉਹਨਾਂ ਨਾਲ ਲੱਗੀ ਗਈ ਤੇ ਲੱਗੀ ਐ ਚਲੋ ਤੂੰ ਉਹਨਾਂ ਨਾਲ ਨਹੀਂ ਜਾਣਾ ਚਾਹਦੀ ਨਾ ਤੇ ਮੈਂ ਤੈਨੂੰ ਆਪ ਛੱਡਿਆ ਕਰਸਾ ਤੇ ਆਪ ਲਾਇਆ ਕਰਸਾ ਬਸ ਇਸੇ ਕੰਮ ਤਰਾਸ ਹੁਣ ਮੈਂ ਕੰਮ ਨਹੀਂ ਕਰ ਸਕਦਾ ਚਲੋ ਜੀ ਕੋਈ ਨਹੀਂ ਇੱਥੇ ਮੇਰੇ ਇੱਕ ਦੋਸਤ ਨੇ ਵੀ ਪੜਨਾ ਨਾਲ ਮੋਂਦੇ ਨਾਲ ਆ ਗਈ ਗਈ ਮੈਂ ਦੋਸਤਾਂ ਨਾਲ ਨਹੀਂ ਗੱਲ ਨਹੀਂ ਦੀ ਇਕੱਲੀ ਬਕਵਾਸ ਬੰਦ ਕਰ ਮੈਂ ਆਪ ਛੱਡਿਆ ਕਰ ਹੌਲੀ ਬੋਲ ਛੋਰ ਨਾਡਾ ਤਰੀਖਾ ਨਾ ਬੋਲ ਇਹਨੂੰ ਰਸਕਾ ਲਵਾ ਦੇ ਸਰ ਰਸਕਾ ਛੱਡ ਵੀ ਆ ਕਰਸੀ ਲੈ ਵੀ ਆਇਆ ਕਰਸੀ ਲੈ ਉਹ ਜਾ ਕੇ ਬੋਲ ਮੀਆਂ ਮਿੱਠੂ ਦਾ ਕਾਰ ਚਾ ਗਲ ਚਾ ਗਲ ਉਹ ਇਹ ਕਿਉਂ ਜਾ ਸੀ ਰਕਸ਼ਾ ਤੇ ਜਦੋਂ ਮੇਰੇ ਜ਼ਫਰ ਕਜ਼ਨ ਦੇ ਬੱਚੇ ਜਾਂਦੇ ਪੈਣ ਉਹਨਾਂ ਨਾਲ ਜਾਵੇ ਤੇ ਉਹਨਾਂ ਨਾਲ ਆ ਜਾਵੇ ਜੇ ਜੀ ਆਪ ਹੈ ਉਹੀ ਜੀ ਧੀਰ ਤਰਬੀਅਤ ਦਿੱਤੀ ਹੋਈ ਹੈ ਮੇਰੀ ਧੀ ਐਡੀ ਵੀ ਨਾਨ ਪੜ ਸਮਝ ਮੇਰੀ ਧੀ ਪੜਦੀ ਲਿਖਦੀ ਪਈ ਹੈ ਤੇ ਮੈਂ ਪੜ ਕੇ ਤੂੰ ਪਿਆਲਾ ਪੜਦੀ ਤਾਂ ਪਈ ਹੈ ਮੇਰੀ ਗੱਲ ਤੇ ਗੌਰ ਕਰ ਅੱਲਾ ਮੀਆਂ ਦੀ ਮੈਂ ਆ ਮੈਂ ਨੂੰ ਪਿਆਲਾ ਆਦੀ ਕਜ਼ਨਾ ਨਾਲ ਜਾ ਤੇ ਉਹਨਾਂ ਨਾਲ ਆ ਅੱਜ ਕੱਲ ਦਾ ਦੌਰ ਬੜਾ ਭੈੜਾ ਕਿਸੇ ਨਾਲ ਗੱਲਾਂ ਦਾ ਕੋਈ ਫਾਇਦਾ ਨਹੀਂ ਵੇਲਾ ਦੇ ਬੰਦਿਆ ਮੈਂ ਨਹੀਂ ਆ ਮੇਰੀ ਧੀ ਮੇਰੇ ਜੱਡੀ ਹੋ ਗਈ ਥੋੜਾ ਜਾ ਉਸ ਲੈਣਾ ਬੋਲਿਆ ਕਰ ਓ ਬੇਗਮ ਕਿਉਂ ਨਾਰਾਜ਼ ਪਿਓ ਨਹੀਂ ਲੜਦੀ ਪਈ ਐ ਓ ਠੀਕ ਐ ਜਿਵੇਂ ਤੂੰ ਆ ਨਹੀਂ ਮੀਆਂ ਮੈਂ ਉਵੇਂ ਕਰ ਲੈਣਾ ਲਾੜ ਨਾ ਟੈਨਸ਼ਨ ਨਾ ਲੈ ਤੂੰ ਜਾਣਾ ਮਿਹਨਤ ਮਜ਼ਦੂਰੀ ਤੇ ਧੀ ਐ ਜਵਾਨ ਐ ਰਸ਼ਕੇ ਤੇ ਵਾਗੀ ਕਰ ਸੀ ਜਰ ਤਰ ਤੱਲਾ ਕਲਾ ਹੋ ਰਸ਼ਕੇ ਆ ਲਾ ਲਵ ਚਲੋ ਠੀਕ ਐ ਅਸਲਾਮ ਅਲੈਕੁਮ ਜਗਰ ਸਾਹਿਬ ਵਾਲੇਕੁਮ ਸਲਾਮ ਆ ਲਕਵੇ ਵਾਲੀ ਕੁੱਤੀ ਆ ਖੈਰ ਐ ਖੈਰ ਐ ਜਿਹੜੇ ਪੈਸੇ ਲੈ ਆਂਦੀ ਮੁਸਕਾਨ ਖੁਸ਼ ਦੇ ਦੇ
हाँ 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 मुस्कान मिया तेन देने पैसे की हो गए उल्टा की हो गया मैं हूं इतो एवं कोई नहीं जाना इज्जत नाल ना मेरा 40,000 रुपया दे दे रह चंगा जासे मैं कुर्बानी वास्ते लिया वच्छा ते मेरे पैसे विच थुड़ दे पैन ओ मुस्कान नाराज ना हो आ तेरी बतरी दा ना मैं एडमिशन लऊं अकेडमी च ते दो चार दिन ठहर जा मैं तेन में हाथ बांध के पैसे दे आस तू चार दिन दी गल करदा पिया ना मैं तेन एक मिनट दा भी टाइम नहीं देना मैनू सस्ता वच्छा लभदा पिया ते मैनू इज्जत नाल पैसे दे नहीं ते मैं बुरा पेश आसा तेरे ते नी मेरी बहन मिन्नत करा ला चार दे हौसला कर जा मैं तेन आप पैसे दे से जग्गा तू ना लवी तू आ मुस्कान आ इन्हां दी गल्लां विच ना लाग के ना तेन पैसे कोई नहीं देने नी एवें चार दिन दा ना लै तेन टरकांदे पेने बड़े सू रहिनी ते मेरा बिरा साडा घर आ के साडी बेइज्जती ना नी मेरी बहन तेरी मैं मिन्नत कीती असि तेन पैसे दे छड़ सा हाँ मियां यकीन करो तुहानू आख्या जो है दो दे सबर कर दे दो दे केड़ियां लत्तां फसियां पईयां आ मुस्कान आपी मैं तेन कह रही ना मेरी मम्मा को आके पैसे लै जा बेटा मेरी गल सुन मेनू मीना हो गया तेरे प्यो दे तरले करदी फिरनी एक कत्थू पैसे दिते ने मैं किवें इन्हां दी गल्लां ते यकीन करके ते फिर चार दिन दा टाइम लै लवां मेरे हत्थी चंगा सस्ता वच्छा आंदा आ वेख दी मेरी बहन तैनू पैसे दी सांच आ वेख मेहरबानी कर इहसान समझ मैं तेरे मुंह नूं भी नहीं ते उंदे मुंह नूं भी नहीं मैं छोड़ दे मुंह दी वजह तू मैं जांदी पई आं ते दोबारे मैं आई ना ते मैं ते पैसे लै बगैर को नहीं जाणे ते मैं सिद्धी इहदे ते दरखास्त देसां मेहरबानी इहसान है शुक्रिया तेरा इहसान इहसान नाल पैसे देवी चा गल ही चंगी इह ना मैं पूरा सारे डाले च बैठ जावां ते अछले मत्था जिहड़ा होर रगड़ा दे ओ मियां तैनूं डाले ते नहीं आवणा पैंदा उस तों पहले मैं पैसे अपना दे चल आ नौमी चलिए होने ते कन्नी गल पा दित्ती नहीं तो होना बेचारा बड़े पैसे बना के रख सी ओ मियां दे आ सदे आ चलो ठीक है मेहरबानी पहला दे बंदे तू जिशो दे गरीब दे दिन विच ओ नाच पेन के शद बणी ता तू क्यों ओ शद रखी बैठा माया दे पेके नु दे आ तैनू ही दित्ते आए हुण लाग गण ते मैं की करा हालात मंदे आ गया ਹੁਣ ਮੈਂ ਦਾ ਦਲ ਪੀਆ 20,000 ਰੁਪਿਆ ਪੀਆ ਇੰਦਾ ਮੈਂ ਦੇ ਆਉਣਾ ਮੈਂ ਕਿਸੇ ਕੋਲ ਲੈਣੇ ਲੋ ਨਾ ਮੈਂ ਦੋ ਤਿੰਨ ਦਿਨ ਦਾ ਟਾਈਮ ਦਿੱਤਾ ਉਹ ਲੈ ਕੇ ਮੈਂ ਉਹਨੂੰ ਦੇ ਦੇਸਾਂ ਮੁਸਕਾਨ ਨੂੰ ਚਲੋ ਇਹਸਾਨ ਅਸੀਂ ਤੇਰੇ ਹੁੰਦੇ ਦੇ ਵੀ ਚਸ਼ੋ ਦੇ ਨੂੰ ਹਾਂਜੀ ਬਿੱਲੋ ਆ ਜਾਈ ਨਹੀਂ ਖੈਰ ਆਈ ਨਹੀਂ ਸਨਮ ਅੱਜ ਖੈਰ ਕੋਈ ਨਹੀਂ ਆਈ ਮੈਨੂੰ ਤਾਂ ਅੱਲਾ ਰੱਖ ਲੱਗਿਆ ਹੈ ਜਿਹੜਾ ਮੇਰਾ ਸਹੁਰਾ ਹੈ ਨਾ ਮੇਰੀ ਮੰਜੀ ਦੇ ਟੂ ਸਿਗਟਾਂ ਦੀ ਗੋਲ ਫਾਦ ਲੈ ਸੀ ਸਭਾ ਹਾਂ ਉਸ ਬੂਤਨੇ ਦਾ ਨਾਂ ਲੈ ਛੜਿਆ ਬੂਤਨੇ ਦਾ ਨਾਂ ਲੈ ਛੜਿਆ ਨੇ ਤੇ ਮੋੜ ਕੀ ਬਣਨਾ ਬੂਤਨਾ ਕਸਮਾ ਤੇ ਕੁਰਾਨ ਚਿੰਦਾ ਹਵਾ ਖਦਾ ਅੱਬਾ ਮੈਂ ਸਿਗਟਾਂ ਕੋਈ ਨਹੀਂ ਪੀਣਾ ਮੋੜ ਮੈਂ ਪਲੇਥਣ ਚ ਲੇਥਣ ਮਾਰ ਕੇ ਅੱਬੇ ਨੂੰ ਠੰਡਿਆ ਕੀਤਾ ਤੇ ਜਾ ਕੇ ਬੂਤਨੇ ਦੀ ਜਾਨ ਛੁੱਟੀ ਚਲੋ ਤੂੰ ਇਸ ਗੱਲ ਨੂੰ ਦਫਾ ਕਰ ਤੇਰੇ ਵਾਸਤੇ ਖੁਸ਼ਖਬਰੀ ਆਈ ਓਕੇ ਖੁਸ਼ਖਬਰੀ ਬਾਲ ਢੀਵਣ ਵਾਲੀ ਤਾਂ नहीं नहीं चबल जी आ बाल नहीं डीवन वाला मैं अज शोकी नाल गल की है भी इतने मैं परचून की दुकान बना के दे चा जो मैं दुकान बना ली ना तो आप सूटे साटे लाई रख साई थाऊ दुकान दे विच्चों ਸਨਮੀ ਜੇ ਤੂੰ ਦੁਕਾਨ ਗਦੀ ਪਈ ਹੈ ਮੋੜ ਤਾਂ ਗੋੜੇ ਚਰੰਬੇ ਹੈ ਨਾ ਦੁਕਾਨ ਦੇ ਵਿੱਚ ਬੈ ਕੇ ਸੂਟੇ ਲੈ ਤੇ ਮੁੱਦਾ ਗਾਇਬ ਕਰ ਛੜਿਆ ਮੁੱਦਾ ਗਾਇਬ ਆਪਾਂ ਬਾਅਦ ਵਿੱਚ ਕਰਸਾਂ ਹੈ ਮੈਂ ਤਾਂ ਸਕੂਟਰ ਦੇ ਬਾਨੇ ਨਾਲ ਆਈ ਆ ਹੁਣ ਤੇਰੇ ਕੋਲ ਕੋਈ ਸਿਗਰਟ ਪਈ ਹੈ ਤੇ ਤੂੰ ਮੈਨੂੰ ਸੂਟਾ ਲਵਾ ਨਹੀਂ ਤੇ ਮੈਂ ਬੇਹੋਸ਼ ਹੁੰਦੀ ਪਈ ਆ ਰਾਨਾ ਮੇਰੇ ਕੋਲ ਦੋ ਹਾਂ ਇੱਕ ਮੈਂ ਛਿੱਕ ਲਈ ਤੇ ਇੱਕ ਪਈ ਹੋਈ ਹੈ ਇਹ ਸ਼ੁਕਰ ਹੈ ਇੱਕ ਤਾਂ ਪਈ ਹੈ ਚਾਹ ਲਿਆ ਚਾਹ ਕੋਣੇ ਤੇ ਛਿੱਕੂ ਹੈ ਕੁਝ ਨਹੀਂ ਹੁੰਦਾ ਤੇਰਾ ਸਹੁਰਾ ਕਿਤੇ ਗਿਆ ਸਹੁਰੇ ਮੇਰਾ ਤਾਂ ਕੋਈ ਨਹੀਂ ਪਤਾ ਅਚਾਨਕ ਅੰਦਰ ਹੀ ਆ ਸਕਦਾ ਨਹੀਂ ਆਂਦਾ ਮੈਂ ਨਾਲ ਸੂਟਾ ਲਾਈ ਰੱਖਣ ਵਾਲੇ ਤਾੜੀ ਤੂੜੀ ਰੱਖ ਸਕ ਜਾ ਜਲਦੀ ਲੈ ਕੇ ਆ ਸ਼ੁਕਰ ਹੈ ਚਬਲ ਜੀ ਇੱਕ ਰੱਖੀ ਤਾਂ ਬੈਠੀ ਹੈ ਲੱਖ ਲਾਨਾ ਤੇ ਮੈਨੂੰ ਚਬਲ ਸੱਦੀ ਫਿਰ ਨਹੀਂ ਤੂੰ ਸੁਣ ਲੈ ਸੱਪਾਂ ਦੇ ਕੰਨਾਂ ਵਾਲੀ ਆ ਸਿਗਰਟ ਕੀ ਦੇ ਲਾ ਸਿਗਰਟ ਭੁੱਲ ਗਈ ਚਬਲ ਆ ਕੇ ਮਤਲਬ ਇਹ ਮਾਚਸ ਕੀ ਦੇ ਦੱਬੀ ਹੁਣ ਮੈਂ ਚੁੱਲੇ ਤੇ ਲਿਆਵੇਂ ਪਸੇ ਲੈ ਲੈ ਜਲਦੀ ਤਾਂ ਬੱਡੀ ਕੋ ਸੱਪਾਂ ਦੇ ਕੰਨਾਂ ਵਾਲੀ ਸੁਣ ਲਈਆਂ ਨੇ ਬਗਰੇ ਜਾਨੀਆਂ ਉਹ ਮੁਸਕਾਨ ਕਿਦੇ ਗੁੱਸੇ ਨਾਲ ਟੁਰਿਆ ਜਾਂਦਾ ਹੈ ਕਿ ਇਹਨਾਂ ਨਾਲ ਲੜਿਆ ਲੜਨਾ ਮੈਂ ਵਾਸ ਨਾਲ ਆ ਜੱਗਾ ਨਹੀਂ ਹੈ ਛਿੱਲੇ ਹੋਏ ਮੱਥੇ ਵਾਲਾ ਉਹਨੇ ਮੇਰੇ ਕੋਲ ਲੈ ਆਉਣ ਪੈਸੇ ਮਹੀਨਾ ਪੂਰਾ ਹੋ ਗਿਆ ਤੇ ਮੈਨੂੰ ਪੈਸੇ ਨਹੀਂ ਪਿਆ ਦੇਣਾ ਮੈਨੂੰ ਨੌਮੀ ਨੂੰ ਲੈ ਕੇ ਗਈ ਹੈ ਤੇ ਫਿਰ ਉਹਨੇ 4 ਦਿਨਾਂ ਦਾ ਟਾਈਮ ਚ ਦਿੱਤਾ ਹੈ ਤੇ ਤੂੰ ਨੌਮੀ ਨੂੰ ਬਦਮਾਸ਼ ਬਣਾ ਕੇ ਲੈ ਗਿਆ ਕਿ ਜੱਗਾ ਹੀ ਦਾ ਡਰ ਦੋ ਪੈਸੇ ਦੇ ਛੜੇ ਸੀ ਉਹ ਮੈਂ ਕੋਈ ਆਮ ਬੰਦਾ ਅੱਲਾ ਦੇ ਬੰਦਿਆ ਯਾ ਮੈਂ ਗਿਆ ਉਸ ਕੇ ਮੀਆਂ ਨੌਮੀ ਸਾਹਿਬ ਇੱਥੇ ਚੌਂਦੇ ਅੰਤਨ ਪੈਸੇ ਦਿੰਦੇ ਆ ਅੱਛਾ ਮੋੜ ਤਾਂ ਬੜੀ ਗੱਲ ਹੈ ਤੇ ਮੁਸਕਾਨ ਹੀ ਦੇ ਪੈਸੇ ਫਸਾ ਕਿਵੇਂ ਬੈਠਾ ਤੇ ਇਹਨੂੰ ਕਈ ਮਜਬੂਰੀ ਆਈ ਉਹਨੂੰ ਪੈਸੇ ਦੇਵਣ ਦੀ ਬੂਤਨਿਆ ਮਜਬੂਰੀ ਮੈਨੂੰ ਨਹੀਂ ਮਜਬੂਰੀ ਉਹਨੂੰ ਆਈ ਮੇਰੇ ਕੋਲ ਆਇਆ ਮੈਨੂੰ ਆਂਦਾ ਮੇਰੀ ਰਨ ਦਾ ਆਪਰੇਸ਼ਨ ਹੈ ਮੈਨੂੰ 40,000 ਰੁਪਇਆ ਦੇ ਤੇ ਮੈਂ ਚਾਹ ਕੇ ਦੇ ਛੱਡਿਆ ਮੋੜ ਤਾਂ ਉਹਨੂੰ ਪੈਸੇ ਦੇ ਦੇਵਣੇ ਚਾਹਦੇ ਹਨ ਤੂੰ ਉਹਦੇ ਤੇ ਬੜੀ ਵੱਡੀ ਨੇਕੀ ਕੀਤੀ ਹੈ ਮੁਸਕਾਨ ਉਹ ਮੀਆਂ ਨੇਕੀ ਦਾ ਤਾਂ ਜ਼ਮਾਨਾ ਹੀ ਕੋਈ ਨਹੀਂ ਰਹਿ ਗਿਆ ਉਹ ਤਾਂ ਇਹਨੂੰ ਲਮਕਾਈ ਵਧਾ ਮੈਂ ਗਿਆ ਤਾਂ ਮੰਨਿਆ ਚਲੋ ਹੋ ਜੀ ਹੁਣ ਤੁਹਾਨੂੰ 4 ਦਿਨ ਦਾ ਟਾਈਮ ਦਿੱਤਾ ਹੈ ਨਾ ਤੇ ਤੁਸੀਂ ਅੱਪੜ ਜਿਵੇਂ ਅਗਾ ਪਿਛਾਣਾ ਕਰਿਆ ਨਹੀਂ ਤਾਂ ਚੀੜਾ ਬੜੇ ਨੇ ਤੁਹਾਨੂੰ ਪੈਸੇ ਦੂ ਕੋਈ ਨਹੀਂ ਟੀਮ ਮੈਨੂੰ ਉਹਨੇ ਇਸ ਵਾਰੀ ਪੈਸੇ ਨਾ ਦਿੱਤੇ ਤੇ ਮੈਂ ਸਿੱਧੀ ਉਹਦੇ ਉੱਤੇ ਦਰਖਾਸਤ ਦੇਸਾਂ ਤੇ ਉਹਨੂੰ ਜੇਲ੍ਹ ਦੀਆਂ ਚੱਕੀਆਂ ਪਿਛਵਾਸਾਂ ਹਾਂ ਤੇ ਸਹੀ ਹੈ ਮੈਂ ਤਾਂ ਆਖਿਆ ਵਿਚਾਰ ਖੁਸ਼ ਨੇ ਵੀ ਲੈਵੇਂ ਪੂਰੇ ਚੱਕ ਕੇ ਤਾੜੀ ਮਾਰ ਤੇ ਨੂੰ ਗੰਦਿਆ ਕਰਿਆ ਹਾਂ ਵੈਸੇ ਮੁਸਕਾਨ ਤੱਲਾ ਵਾਸਤ ਤੇਰਾ ਖੁਸ਼ ਰਹਿਣ ਨਾਲ ਬੜਾ ਕਿ ਬਾਈ 400 ਪੈਸੇ ਨਾ ਦੇਵੇ ਪੂਰੇ ਪਾਕਿਸਤਾਨ ਦੇ ਖੁਸ਼ ਰੇ ਇਕੱਠੇ ਕਰ ਕੋ ਨਾ ਘਰ ਚ ਸੇ ਤੂੰ ਵੇਖ ਸਿੰਘ ਜੀ ਸਹੀ ਹੁੰਦਾ ਹਾਲ ਮੈਂ ਕੀ ਕਰਨੀ ਇੱਕ ਵਾਰੀ ਤਾਂ ਉਹਨ ਮੈਂ ਜਾਂਦੀ ਪਈ ਆ ਚਲੋ ਠੀਕ ਹੈ ਕੀ ਲਈ ਬੰਦਾ ਏ ਯਾਰ ਸਬਜ਼ੀ ਲੈ ਜਾਣਾ ਉਹ ਕੋ ਚਾਹ ਪਾਣੀ ਹੋ ਜਾ ਨਹੀਂ ਬੋਤਨੇ ਅੱਲਾ ਪਾਕ ਤੈਨੂੰ ਇਹਦੇ ਤੋਂ ਵੀ ਜ਼ਿਆਦਾ ਦੇਵੇ ਤੇ ਮੈਂ ਹੁਣ ਜਾਣੀ ਆ ਮੈਨੂੰ ਲੇਟ ਹੁੰਦੀ ਪਈ ਚਲੋ ਠੀਕ ਹੈ ਮਿਹਰਬਾਨੀ
आ गट्टू चलो जी। नी सनमी अमोज गई थी लिछे तेरा दिमाग खराब होया खलोता है स्टोंड जेनु पर सट जा तैनू की पता सारा सवाल ता सिरकट दी एंड च होंदा आई ला फाद ला ला यार सिरा हिलड़ा मैं तो स्कूटर लेन आई आई ए सिगरेट दे चास सच मैं तो स्कूटर ही भूल गई हां स्कूटर तैनू कोनी लभना मेरा सौरा लेत गयो है कि अच्छा कर मैं स्कूटर आ पूतना पूतना ना ना भणा मैं तेरे बिल्लो तो सलमी सिगरेटा पींदियां पईयां मैनू एक काल तू बड़ा दुख लगा उस साल तू बूतना के शिकंजे मैनू फसा दिता आप तू निकल गई हो तेन पता मैं केड़ी औखी ओदे कोल जान छुड़ाई है नी चवड़ा अगर मैं तेरी साइड लेंदी ना उन्हें दोवां ते शक हो जावी है आपा चलिए टाइम ना जाया करिए ना वो भूतना मोड़ आ जावे आपा जल्दी जल्दी पी के ते घर नूं चलिए तू तो बड़ी चबल है इत्थे सामने ना भैया वेच हो चलिए गल सुन मेरी पहले गल तो कड्डी है मेरी केड़ी ज्याती है चबल बनाए 3500 दी केड़ी औकात है 3500 ही दे बनाई ना तेरा मैं इंसानियत ही कोई नहीं तुहाडे विच मैं खमदा पिया तेरा 3500 कमाल हो गई तेरी ओ जा जा कोई 3500 नहीं हुण मैं देवना अगे मैं देऊंगा मो हुण कोई नहीं ते कट परा फोन चबल धोती होई नहीं ता हैं ओ तेरा बेड़ा तर जावे ते कणक नु अग लागी ओ फज बंदिया जाके दस गल सुन लो मेरी ਤੁਸੀਂ ਨੇ ਮੇਰੇ ਸੱਜਣ ਬੇਲੀ ਆ ਡੇਰਾ ਮੈਂ ਸਿਰਫ ਤੁਹਾਡੇ ਵਾਸਤੇ ਬਣਵਾਇਆ ਤੇ ਹਫਤੇ ਵਾਲੇ ਦਿਨ ਮੈਂ ਮਿਸਤਰੀ ਲਾਉਣਾ ਤੇ ਦੋ ਦੋ ਦੇ ਲਵਾ ਕੇ ਨਾ ਤੇ ਆ ਸਾਰਾ ਕੰਮ ਆਪਾਂ ਕਲੀਅਰ ਕਰੀਏ ਦੇਖੜਾ ਸਾਹਿਬ ਮੈਂ ਤਾਂ ਵਗ ਜਾਣਾ ਲਾਹੌਰ ਦੰਮੀ ਤੇ ਪਰਸੂ ਦੀ ਦਿਹਾੜੀ ਆਉਂ ਮੈਂ ਵੇਲਾ ਇਹ ਮੇਰੇ ਕੋਲ ਦੋ ਦੇ ਲਵਾਣੇ ਨਹੀਂ ਕਿਹੜੀ ਵੀ ਸਫਾਈ ਕਰਾਣੀ ਹੈ ਕਰਾ ਲਵੇ ਦੇਖੜਾ ਕੋਈ ਗੱਲ ਨਹੀਂ ਜੀ ਲਾਹੌਰ ਜਾਂਦਾ ਤੇ ਕੰਮ ਤੇ ਵਗ ਜਾਵੇ ਪਿੱਛੂ ਮੈਂ ਤਾਂ ਵਨਾ ਮੇਰੇ ਦੋ ਤਰਾ ਬੇਲੀ ਨੂੰ ਨਾ ਸਦਾ ਕੇ ਆਪਾਂ ਸਫਾਈ ਸੋਈ ਕਰਾ ਲਿਸਾਂ ਉਹ ਰਲ ਕੇ ਬਾਣਾ ਤਾਂ ਆਪਾਂ ਹੀ ਹੈ ਨਾ ਅਸੀਂ ਦੇਖੜਾ ਤੇਰੇ ਨਾਲ ਕੀ ਗੱਲ ਹੈ ਚਾਚਾ ਪਤਰੀ ਕਣਕ ਅੱਗ ਲੱਗ ਗਈ ਹੈ ਅੱਗ ਲੱਗ ਗਈ ਹੈ ਭਜੋ ਉਹ ਪਾਣੀ ਭਰੋ ਪਾਣੀ ਓਏ ਆ ਵੇਖੋ ਚੌਧਰੀ ਸਾਹਿਬ ਆ ਸੱਤਾ ਪਾਣੀ ਇੱਥੇ बिलो तू यार तेरे वाली भी सवानी थाई वादी है तू इतने की करती बनी है मैनू बिलो आख्या आप बारू आवी है ਕੱਲਾ ਬਾਰੂ ਨਹੀਂ ਇੱਥੇ ਅੱਗ ਲੱਗੀ ਪਈ ਐ ਤੁਸੀਂ ਅੱਖੀ ਨਾਲ ਤਾਂ ਵੇਖਿਆ ਜਿਹੜੇ ਪੱਠੇ ਪਖਦੇ ਪਏ ਆ ਤੂੰ ਨਾਲ ਬਿੱਲੋ ਚਾਚਾ ਝੂਠ ਮਾਰੀ ਜਾਂਦਾ ਹਵੇਂ ਚਾਚਾ ਕੂੜ ਕਿਉਂ ਮਾਰਦਾ ਪਿਆ ਇੱਥੇ ਪੱਠੇ ਕੇ ਭਖੇ ਖਲੋਤੇ ਨਾ ਉਹ ਚਾਚਾ ਦੇ ਕੂੜ ਮਾਰ ਲਵੇ ਤੇ ਮਾਰ ਲਵੇ ਅਸੀਂ ਸਾਰੇ ਅੰਨੇ ਆ ਵੇਖੀ ਨਹੀਂ ਜਾਂਦੇ ਅੱਖੀ ਨਾਲ ਜਿਹੜੇ ਪੱਠੇ ਇੱਥੇ ਚਲਦੇ ਪਏ ਆ ਚੋਰੀ ਸਾਹਿਬ ਤੁਸੀਂ ਇੱਕ ਮਿੰਟ ਥਾਂ ਹੀ ਖਲੋਵੋ ਬਿੱਲੋ ਆ ਤੂੰ ਆਰਾਮੇ ਨਾ ਆ ਜਾ ਸੰਮੀ ਜੇ ਨਾ ਗਈਆਂ ਤੇ ਪੁੱਛ ਸਣ ਇੱਥੇ ਵੀ ਤਾਂ ਪੁੱਛ ਨਹੀਂ तंजो मजा से भरपूर वीडियोस देखने के लिए रचनावी टीवी 2 को सब्सक्राइब जरूर कर दें।